ठीक है भाई, अरे जाने, ठीक है भाई, जाने जाने, ठीक है भाई जाने जाने, गुस्सा नहीं करना, गुस्सा नहीं करना लक्की, गुस्सा नहीं करना, चले मैं तो वाहेगुरु जी का खालसा वाहेगुरु जी की फतेह जी। असीं पहुंच गए जी लक्की गुप्ता दे बाजार कोटकपूरा मंडी, देखण आए सी भी लक्की की हालत किवें आ। लक्की गुप्ता की दुकान आ, लक्की की बांह दिखती है मड़ी जी, ए आ बैठी है लक्की, वीर मेरा लक्की बैठा। वाह लक्की, लक्की किवें आ वीरिया? ਉਹ ਮੈਂ ਕਿਹਾ ਲੱਕੀ ਬਾਈ ਕੋਲੇ ਜਾ ਕੇ ਆਈਏ ਯਾਰ, ਹੈ ਲੱਕੀ? ਉਹ ਨਹੀਂ 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 ਯਾਰ, ਭਰਾਵਾ ਮੈਂ ਤੇਰੇ ਪੈਰੀਂ ਹੱਥ ਲਾਉਣਾ ਲੱਕੀ ਬਾਈ, ਬਹੁਤ ਚੰਗਾ ਲੱਗਿਆ ਮਿਲ ਕੇ ਤੈਨੂੰ ਯਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲੱਕੀ ਗੁਪਤਾ ਵੀਰ ਦੀ ਦੁਕਾਨ ਦੇ ਵਿੱਚ ਸਮਾਨ ਪੈ ਗਿਆ ਭਾਜੀ, ਲੱਕੀ ਗੁਪਤਾ ਵੀਰ ਦੀ ਦੁਕਾਨ ਤੋਂ ਤੁਸੀਂ ਆ ਕੇ ਰਾਸ਼ਨ ਲੈ ਕੇ ਜਾਓ ਜੀ, ਆ ਕੇ ਰਾਸ਼ਨ। ਮੈਂ ਫਰੀਦਕੋਟ ਕੋਟਕਪੂਰਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਜੀ ਹੱਥ ਜੋੜ ਕੇ ਵੀ ਲੱਕੀ ਗੁਪਤਾ ਬਾਈ ਦੀ ਦੁਕਾਨ 'ਚ ਅੱਜ ਸਮਾਨ ਭਲਾ ਨਹੀਂ ਥੋੜ੍ਹਾ ਵਾ, ਪਰ ਜਜ਼ਬਾ ਇਹ ਬੰਦਾ ਅੱਜ ਕੰਮ ਕਰਨ ਯੋਗਾ ਹੋ ਗਿਆ, ਇਹਦੀ ਦੁਕਾਨ ਬਣ ਗਈ ਆ। ਤੁਹਾਡੀਆਂ ਦੁਆਵਾਂ ਨੇ, ਤੁਹਾਡੀਆਂ ਅਰਦਾਸਾਂ ਨੇ, ਲੱਕੀ ਦੀ ਬੇਟੀ ਗ੍ਰਿਸ਼ਾ, ਲੱਕੀ ਦੀ ਵਾਈਫ ਸ਼ਿਲਪੀ ਭੈਣ ਅਤੇ ਲੱਕੀ, ਤਿੰਨਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਕਹਿੰਦੇ ਜਨ ਕੀ ਅਰਦਾਸ ਬਿਰਥੀ ਨਾ ਜਾਏ, ਤੁਹਾਡੀਆਂ ਅਰਦਾਸਾਂ ਨੇ ਦੁਆਵਾਂ ਨੇ ਰੰਗ ਲਿਆਂਦਾ। ਅੱਜ ਲੱਕੀ ਕਾਊਂਟਰ ਤੇ ਬੈਠਾ, ਲੱਕੀ ਇੱਧਰ ਪਿਆ ਬੈਠਾ ਕੇ, ਤੇ ਅੱਜ ਲੱਕੀ ਉਸੇ ਗੱਲੇ ਤੇ ਉਸੇ ਕਾਊਂਟਰ ਤੇ ਬੈਠਾ ਜਿੱਥੇ ਦੇ ਦਾਦਾ ਜੀ ਬਹਿੰਦੇ ਸੀ, ਜਿੱਥੇ ਦੇ ਪਿਤਾ ਜੀ ਬਹਿੰਦੇ ਸੀਗੇ, ਅੱਜ ਲੱਕੀ ਉੱਥੇ ਬੈਠ ਕੇ ਸੌਦਾ ਵੇਚਦਾ। ਯਾਨੀ ਕਿ ਇੱਕ ਉਹ ਦਿਨ ਤੇ ਰਾਤ ਜਿੰਨਾ ਫਰਕ ਸੀ ਲੱਕੀ ਵੀਰ ਦੀ ਜ਼ਿੰਦਗੀ, ਜਿਹੜਾ ਤੁਹਾਡੀਆਂ ਦੁਆਵਾਂ ਨੇ, ਤੁਹਾਡੀਆਂ ਅਰਦਾਸਾਂ ਨੇ, ਤੁਹਾਡੀਆਂ ਅਸੀਸਾਂ ਨੇ ਬਦਲ ਕੇ ਰੱਖਤਾ। ਲੱਕੀ ਬਾਈ ਚੱਕੀ ਜਾਂਦਾ ਫੱਟੇ, ਫਿਰ ਕੰਡਾ ਅੰਗਰੇਜ਼ੀ ਕੰਡਾ ਵੀ ਲਾ ਲਿਆ ਫਿਰ ਬਾਈ, ਧੰਨਵਾਦ ਤੇਰਾ। ਲੱਕੀ ਬਾਈ ਨੇ ਪਾਣੀ ਦਿੱਤਾ ਭਰ ਕੇ ਜੀ ਰੈਬਰ ਦੇ ਵਿੱਚੋਂ, ਬਹੁਤ ਸ਼ੁਕਰੀਆ ਲੱਕੀ ਵੀਰੇ। ਲੱਕੀ ਤੇਰੀ ਦੁਕਾਨ ਦਾ ਪਾਣੀ ਬੜਾ ਸਵਾਦ ਆ ਯਾਰ, ਹੈ ਅੰਮ੍ਰਿਤ ਵਰਗਾ ਪਾਣੀ ਹੈ ਮੇਰੇ ਭਰਾ ਦੀ ਦੁਕਾਨ ਦਾ। ਇਹਦੇ ਵਿੱਚ ਰਸਦਾਂ ਫਿਰ ਫੁੱਲ ਹੋ ਜਾਣਗੀਆਂ ਜੀ ਜੇ ਤੁਸੀਂ ਸਪੋਰਟ ਕਰੋ। ਇਹਦੇ ਵਿੱਚ ਜਿਹੜੇ ਛੋਟੇ ਗੱਟੂ ਪਏ ਆ ਉਹ ਵੱਡੀਆਂ ਬੋਰੀਆਂ ਅਤੇ ਵੱਡੇ ਬਕਸ਼ਿਆਂ ਦੇ ਰੂਪ 'ਚ ਹੋ ਜੂਗਾ ਜੇ ਤੁਸੀਂ ਸਪੋਰਟ ਕਰੋ। ਜੇ ਸਮਾਨ ਖਰੀਦੋਗੇ ਤਾਂ ਹੀ ਨਵਾਂ ਸਮਾਨ ਆਊਗਾ। ਕਿਵੇਂ ਚੱਲ ਰਿਹਾ ਵੈਸੇ? ਠੀਕ ਆ, ਕੋਈ ਪਰੇਸ਼ਾਨੀ? ਮਾਲ ਮਾਰਕੀਟ 'ਚੋਂ ਮਿਲ ਜਾਂਦਾ, ਵਿਕੀ ਜਾਂਦਾ, ਸ਼ਾਮ ਰੋਟੀ ਜੋਗਾ ਹੋ ਜਾਂਦਾ? ਠੀਕ ਆ। ਹੋਰ ਸ਼ੈਲਪੀ ਭੈਣ ਠੀਕ ਨੇ ਸਾਰੇ? ਗ੍ਰਿਸ਼ਾ ਪੜ੍ਹਦੀ ਜਾਂਦੀ ਸਕੂਲੇ? ਮਨ ਲੱਗਦਾ ਹੁਣ ਬਾਜ਼ਾਰ 'ਚ ਸਾਰਿਆਂ ਨਾਲ ਵਧੀਆ ਬਣਦੀ ਆ, ਸਾਰੇ ਸਪੋਰਟ ਕਰਦੇ ਆ। ਚਲੋ ਸ਼ੁਕਰ ਆ। ਮੈਂ ਤੇਰੀਆਂ ਫੋਟੋਆਂ ਦੇਖੀਆਂ ਜੀ ਕਿਸੇ ਚੈਨਲ ਵਾਲਿਆਂ ਨੇ ਪਾਈਆਂ ਹੋਈਆਂ, ਤੂੰ ਮੈਨੂੰ ਬੜੀ ਖੁਸ਼ੀ ਹੋਈ ਵੀ ਯਾਰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਤੋਂ ਬਹੁਤ ਵੱਡੀ ਸੇਵਾ ਲਈ ਆ, ਲੱਕੀ ਵੀਰ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਗਿਆ। ਗ੍ਰਿਸ਼ਾ ਖਵਾਸਾ ਵੀ ਪਾਪਾ ਮੇਰੇ ਹੁਣ ਉਹਨਾਂ ਰੋਜ਼ ਘਰੇ ਆਉਂਦੇ ਨੇ, ਗੋਸ਼ਾਲਾ ਜਾਂਦਾ ਹੁੰਦਾ? ਜਾਊਂਗਾ ਰੋਜ਼, ਦਿੱਲੀ ਜਾਂਦਾ। ਜਾਂਦਾ ਰੋਜ਼? ਠੀਕ ਹੈ ਠੀਕ ਹੈ। ਹੋਰ ਮੰਮੀ ਹੁਣ ਠੀਕ ਆ? ਛੋਟਾ ਭਰਾ ਠੀਕ ਆ? ਚਾਚੇ ਨਾਲ ਸਾਰਿਆਂ ਨੇ ਬਣਾ ਕੇ ਰੱਖਣੀ ਆ, ਕਿਸੇ ਨੇ ਗੁੱਸਾ ਗਿੱਲਾ ਨਹੀਂ ਕਰਨਾ, ਸਾਰਿਆਂ ਨੇ ਬਣਾ ਕੇ ਰੱਖਣੀ ਆ। ਤੇ ਇੱਕ ਮੇਰੀ ਬੇਨਤੀ ਵੀ ਹੈ, ਮੈਂ ਤੇਰਾ ਭਰਾ ਵਾਂ, ਬਿਲਕੁਲ ਫਿਕਰ ਨਹੀਂ ਕਰਨਾ ਕਿਸੇ ਵੀ ਚੀਜ਼ ਦਾ, ਜਿੱਦਾਂ ਵੀ ਦੀ ਵੀ ਕਰੇ ਜ਼ਰੂਰਤ ਹੋਵੇ ਅਸੀਂ ਤੇਰੇ ਨਾਲ, ਜਿੱਦਾਂ ਦੀ ਵੀ ਚਾਹ ਪੀਵਾਂਗੇ। ਹਾਂ ਪੀਵਾਂਗੇ, ਚਾਹ ਕਿਉਂ ਨਹੀਂ ਪੀਵਾਂਗੇ, ਚਾਹ ਕਹਿ ਕੇ ਆ ਜਾ ਕੇ ਲੱਕੀ। ਆਜੋ ਬਾਈ, ਆਜੋ ਆਜੋ, ਲੱਕੀ ਦੀ ਦੁਕਾਨ ਤੋਂ ਸੌਦਾ ਲਓ ਭਾਈ, ਲੱਕੀ ਨਾਲੇ ਚਾਹ ਪਿਲਾਉਂਦਾ ਵਾ ਨਾਲੇ ਸੌਦਾ ਦਿੰਦਾ ਭਾਈ, ਇਦੋਂ ਵਧੀਆ ਕੀ ਚਾਹੀਦਾ ਹੋਰ। ਦੇਖੋ ਜੀ ਲੱਕੀ ਨੇ ਸਾਨੂੰ ਚਾਹ ਪਿਲਾ ਲਈ, ਨਾਲ ਮੇਰੇ ਭਰਾ ਨੇ ਜਿਹੜੇ ਬੱਟੇ ਆ ਨਾ ਜੀ, ਇਹ ਲੱਕੀ ਦੇ ਦਾਦੇ ਹੁਣਾਂ ਨੇ ਵੀ ਮੰਨ ਲਓ ਵਰਤੇ ਹੋਏ ਆ, ਇਹ ਉਹਨਾਂ ਦੇ ਹੱਥ ਲੱਗੇ ਹੋਏ ਨਾ ਬੱਟਿਆਂ ਤੇ, ਬਰਕਤ ਬਰਕਤ ਤਾਂ ਆਪੇ ਹੀ ਪੈਣੀ ਆ। ਅਸੀਂ ਵੀ ਖਾਂਦੇ ਬਿਲਕੁਲ, ਕੋਈ ਨਾ ਫਿਕਰ ਨਾ ਕਰ, ਅਸੀਂ ਖਾ ਲੈਣੇ ਆ ਅੰਦਰੋਂ ਸਟੋਰ ਨਾ ਫੁੱਲ ਹੋ ਜਾਵੇ। ਅਰਦਾਸ ਕਰਿਓ ਵੀ ਆਹ ਸਟੋਰ ਦੇ ਵਿੱਚ ਕੋਈ ਜਗ੍ਹਾ ਖਾਲੀ ਨਾ ਮਿਲੇ, ਇੰਨਾ ਸਮਾਨ ਪਿਆ। ਮਦਦ ਲਈ ਬਹੁਤ ਸਾਰੇ ਲੋਕ ਸੀਗੇ, ਅਸੀਂ ਵੀ ਕਹਿੰਦੇ ਲੱਕੀ ਤੇਰੀ ਦੁਕਾਨ ਦੇ ਵਿੱਚ 4-5 ਲੱਖ ਦਾ ਮਾਲ ਪਾ ਦਿੰਦੇ ਹਾਂ। ਮੇਰੇ ਛੋਟੇ ਭਰਾ ਨੇ ਖੁਦ 50,000 ਬਾਹਰੋਂ ਲੱਕੀ ਨੂੰ, ਲੱਕੀ ਨੇ ਲਿਆ ਨਹੀਂ। ਲੱਕੀ ਕਹਿੰਦਾ ਨਹੀਂ ਬਾਈ ਵੀ ਮੈਂ ਆਪਦੇ ਮਿਹਨਤ ਨਾਲ ਜਿਹੜੇ ਮੇਰੇ ਪੈਸੇ ਆ ਮੈਂ ਉਹਨਾਂ ਨਾਲ ਹੀ ਕੰਮ ਚਲਾਉਣਾ, ਜਾਂ ਮੇਰਾ ਭਰਾ ਮੇਰੀ ਮਦਦ ਕਰੂਗਾ ਮੈਂ ਉਹਨਾਂ ਨਾਲ ਕੰਮ ਚਲਾਉਣਾ, ਮੈਂ ਤੁਹਾਡੇ ਤੋਂ ਲੈਣੇ ਨਹੀਂ। ਅਸੀਂ ਕਿਹਾ ਸੀ ਵੀ ਆਹ ਦੁਕਾਨ ਨੂੰ ਨਾ ਸ਼ੀਸ਼ੇ ਲਾ ਕੇ, ਆਹ ਦੋ ਦੁਕਾਨਾਂ ਲੱਕੀ ਦੀਆਂ, ਕਾਫੀ ਦੁਕਾਨ ਲੱਕੀ ਦੀ ਹੋਈ ਨਾਲ, ਵੀ ਇਹਨੂੰ ਸ਼ੀਸ਼ੇ ਲਾ ਕੇ ਨਾ ਜਿਵੇਂ ਅੱਜ ਕੱਲ੍ਹ ਬਣਦੇ ਆ ਸ਼ੋਅਰੂਮ ਸਟੋਰ, ਜਿਵੇਂ
समान पिया अंदर रैक दे विच प्राइज लगे हुए ने रेट लिस्ट लगी हुई बिल कटी जाना। मैं लक्की भीरे नूं कही भी आपां कंपनी नाल गल कर लैंदे आ भी उवें बढ़ा लैंदे आ पर सबर देखो वीर दा कहिंदा नहीं मैं छोटे तो शुरू करना मैं थोड़े तो शुरू करना जिहड़ा मैं कर सकां आप मैं उन्ना ही करना भाई। तो अज उस सबर नाल उस संतोख नाल लक्की दुकान दे उत्ते अपना जिन्नी जरूरत होंदी है किराने वाली दुकान ते निक्के नन्हे समान दी वो सारा पा के लक्की वीरा अपनी किरत कमाई कर रहा। लेकिन हुण अपनी आई चलाई चलन ला ली है भाई ते हुण तुसी साथ देना हुण तुसी सहयोग देना जे डिगे हुए नूं आपां उठा के खड़ा करदे आ ना तां उहनूं मौका भी देईए ध्यान भी देईए उहदे ते भी कितें दुबारा ना डिग पवे। एक बंदा अड़क के डिग पिया सट लगी उहदी उहनूं उठा के खड़ा करता उहदे गोडे ते सट आ उहदे पट ते सट लगी उहदे चूले ते सट लगी आ उह दुबारा फिर लड़खड़ा के फिर जा डिग गया उहदे उस तों भी ज़्यादा वध सट लग सकदी आ। इस करके जे प्रोपर मदद करनी आ तां उह इही आ भी उठ के खड़ा होण ते तद तक जद तक उह सही सलामत तुर के अपनी मंजिल वाल नहीं जाता तद तक उहदे वल गौर करनी चाहिए सर। ते अज उस गौर दे वजों असीं अज इत्थे पहुंचे आ साडा परिवार का मैंबर लक्की कितें दुबारा डिगता नहीं पिया कितें दुबारा लड़खड़ा तो नहीं रहा। ते अज बेनती करदे आ भी लक्की अपनी मंजिल वाल नूं वध रहा हर रोज़ आपां घर परिवार वास्ते किरियाने का समान खरीदते हैं ग्रोसरी का समान लें वो लक्की वीरे की दुकान तो लवो। अज लक्की वीरे की दुकान के फिर समान थोड़ा क्योंकि खरीदने वाले भी थोड़े आ ते जे तुसी वध गिणती चाहो उन्ना लक्की माल होर भरे इत्थे इहदे काउंटर के आले दुआले चार बंदे खड़े रहन जिवें होर दूजियां दुकानां ते इहदे चाचे दे भरावां दीआं दुकानां दे उत्ते ਜਿਵੇਂ ਮਾਲ ਭਰਿਆ ਹੋਇਆ ਉਵੇਂ ਇਹਦੇ ਵੀ ਰੌਣਕ ਬਣੀ ਹੋਵੇ ਇਸ ਕਾਊਂਟਰ ਕਿਉਂਕਿ ਇਸ ਕਾਊਂਟਰ 'ਤੇ ਇਹਦੇ ਦਾਦਾ ਜੀ ਫਕੀਰ ਚੰਦ ਜੀ ਨੇ ਇਹਦੇ ਪਿਤਾ ਜੀ ਉਹਨਾਂ ਨੇ ਬੈਠ ਕੇ ਇੱਥੇ ਸਮੇਂ ਦੁਕਾਨਦਾਰੀਆਂ ਕੀਤੀਆਂ ਜਦੋਂ ਇਹ ਦੁਕਾਨਦਾਰੀਆਂ ਵੀ ਬਾਬੇ ਨਾਨਕ ਦੀ 13-13 ਤੋਲਣ ਵਰਗੀਆਂ ਹੁੰਦੀਆਂ ਸੀ ਸੱਚ ਦੀ ਕਮਾਈ ਖਾਂਦੇ ਸੀ ਲੋਕ ਉਦੋਂ ਅਸਲ 'ਚ ਕਿਰਤ ਕਮਾਈ ਕਰਦੇ ਸੀ ਆਪਣਾ ਹੱਕ ਛੱਡਦੇ ਨਹੀਂ ਸੀ ਦੂਸਰੇ ਦਾ ਹੱਕ ਮਾਰਦੇ ਨਹੀਂ ਸੀ ਅਤੇ ਲੱਕੀ ਉਸ ਸੋਚ ਦਾ ਮਾਲਕ ਸੀ। ਵਾਹਿਗੁਰੂ ਕਿਰਪਾ ਕਰਨ ਲੱਕੀ ਨੂੰ ਉਹੀ ਮਾਰਜਨ ਜਿਹੜੀ ਇਹਦੀ ਕਿਰਤ ਕਮਾਈ ਆ ਉਹ ਮਿਲਦਾ ਰਹੇ ਇਹਦੀ ਦੁਕਾਨਦਾਰੀ ਚੱਲਦੀ ਰਹੇ। ਇਹ ਆਪਣੀ ਬੇਟੀ ਨੂੰ ਵਕੀਲ ਜਾਂ ਡਾਕਟਰ ਬਣਾਉਣਾ ਚਾਹੁੰਦਾ ਮੈਨੂੰ ਉਹ ਯਾਦ ਆ ਸਵਾਲ ਜਿੱਦਣ ਮੈਂ ਪਹਿਲੇ ਦਿਨ ਲੱਕੀ ਨੂੰ ਪੁੱਛਿਆ ਸੀ ਵੀ ਤੂੰ ਆਪਣੀ ਬੇਟੀ ਨੂੰ ਕੀ ਬਣਾਉਣਾ ਕਹਿੰਦਾ ਬਾਈ ਮੈਂ ਡਾਕਟਰ ਜਾਂ ਵਕੀਲ ਬਣਾਉਣਾ ਚਾਹੁੰਦਾ ਅਤੇ ਉਹ ਸੁਪਨਾ ਪੂਰਾ ਹੋਵੇ ਲੱਕੀ ਦਾ। ਲੱਕੀ ਦੀ ਬੇਟੀ ਗ੍ਰਿਸ਼ਾ ਇੱਥੇ ਪੜ੍ਹਦੀ ਹੈ ਕਿਹੜੀ ਕਲਾਸ 'ਚ ਲੱਕੀ 10th ਵਿੱਚ ਹੈ 10ਵੀਂ ਕਲਾਸ ਦੇ ਵਿੱਚ ਆ ਬੋਰਡ ਦੇ ਪੇਪਰ ਆ ਉਹਦੇ ਬਹੁਤ ਹੀ ਵਧੀਆ ਸਕੂਲ 'ਚ ਐਡਮਿਸ਼ਨ ਹੋ ਗਈ ਹੈ ਇੱਥੇ ਉਹਦੀ ਕੋਟਕਪੂਰੇ ਪੇਪਰਾਂ ਦੇ ਚੌਥੇ ਨੰਬਰ ਵਾਲੀ ਪੰਜਾਬ ਵਿੱਚ ਅੱਛਾ ਚੌਥੇ ਨੰਬਰ 'ਤੇ ਹੀ ਪੰਜਾਬ 'ਚੋਂ ਲਾ ਜੀ 9ਵੀਂ ਕਲਾਸ ਦੇ ਵਿੱਚੋਂ ਚੌਥੇ ਨੰਬਰ 'ਤੇ ਆਈ ਆ ਪੰਜਾਬ ਇਹ ਜਿਹੜੀਆਂ ਸਾਂਝੀਆਂ ਥਾਵਾਂ 'ਤੇ ਆਪਣੇ ਪ੍ਰੋਗਰਾਮ ਹੁੰਦੇ ਆ ਕੋਈ ਖੰਡ ਪਾਠ ਸਾਹਿਬ ਆ ਗੁਰਪੁਰਬ ਆ ਜਾਂ ਕੋਈ ਹੋਰ ਆ ਉੱਥੇ ਤੁਸੀਂ ਰਾਸ਼ਨ ਲੈ ਕੇ ਜਾਣੀ ਆ ਰਾਸ਼ਨ ਲੈ ਕੇ ਜਾਣੀ ਆ ਤਾਂ ਇੱਥੋਂ ਲੱਕੀ ਵੀਰੇ ਤੋਂ ਲੈ ਜਾਓ ਆ ਕੇ ਘਰ ਦੇ ਵਿੱਚ ਆਪਾਂ ਗਰੋਸਰੀ ਦਾ ਸਮਾਨ ਲੈ ਕੇ ਜਾਂਦੇ ਹਾਂ ਕਿਤੇ ਹੋਰ ਦੁਕਾਨ ਤੋਂ ਲੈਂਦੇ ਹਾਂ ਤਾਂ ਲੱਕੀ ਵੀਰੇ ਤੋਂ ਲੈ ਜਾਓ ਆ ਕੇ ਇੱਥੇ ਮੌੜਾਂ ਪਿੰਡ ਨੇੜੇ ਮੇਰੀ ਮਾਸੀ ਦਾ ਪਿੰਡ ਆ ਡੈਮੀ ਵੀਰੇ ਹੋਣੀ ਆ ਮੇਰੇ ਮਾਸੀ ਦਾ ਬੇਟੇ ਮਾਸਟਰ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ ਵੀ ਹੁਣ ਇੱਥੋਂ ਰਾਸ਼ਨ ਲੈ ਕੇ ਜਾਂਦੇ ਆ ਕੇ ਜਿੰਨੇ ਕੁ ਸਾਨੂੰ ਜਾਣਦੇ ਅਸੀਂ ਉਹਨਾਂ ਨੂੰ ਆਪ ਫੇਸ ਟੂ ਫੇਸ ਵੀ ਬੇਨਤੀ ਕੀਤੀ ਆ ਜਿਹੜੇ ਵੀਰ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਵੀ ਜੇ ਤੁਸੀਂ ਕੋਟਕਪੂਰੇ ਤੋਂ ਬਿਲੋਂਗ ਕਰਦੇ ਆ ਤਾਂ ਲੱਕੀ ਦੀ ਦੁਕਾਨ ਤੋਂ ਆ ਕੇ ਰਸਤਾ ਰਾਸ਼ਨ ਪਾਣੀ ਜ਼ਰੂਰ ਲੈ ਕੇ ਜਾਓ ਤਾਂ ਇਹਨੂੰ ਹੌਸਲਾ ਹੋਵੇ ਇਹਦੇ ਅੰਦਰ ਇੱਕ ਉਹ ਜਿਉਣ ਦਾ ਜਜ਼ਬਾ ਪੈਦਾ ਹੋਵੇ ਇਹਨੂੰ ਖੁਸ਼ੀ ਹੋਵੇ ਉਹ ਖੁਸ਼ੀ ਨੇ ਅਤੇ ਉਸ ਹੌਸਲੇ ਨੇ ਇਹਨੂੰ ਤਕੜਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਸਾਰੇ ਵੀਰਾਂ ਨੂੰ ਬੇਨਤੀ ਆ ਲੱਕੀ ਤੋਂ ਰਾਸ਼ਨ ਲੈ ਕੇ ਜਾਇਆ ਕਰੋ ਭਾਈ ਯਾਰ ਥੋੜ੍ਹਾ ਬਹੁਤਾ ਜਿੰਨਾ ਵੀ ਚਾਹੇ ਨਾ ਸਮਾਨ ਕਿਤੋਂ ਹੋਰ ਵੀ ਲੈਂਦੇ ਹੋ ਤੁਹਾਡੀਆਂ ਪੱਕੀਆਂ ਦੁਕਾਨਾਂ 'ਚ ਲੱਗੀਆਂ ਤਾਂ ਵੀ ਥੋੜ੍ਹਾ ਬਹੁਤਾ ਵਿੱਚੋਂ ਇੱਥੋਂ ਲੈ ਕੇ ਜਾਇਆ ਕਰੋ ਬਹੁਤ ਧੰਨਵਾਦ।
ਘਰ ਨੇ ਵੀਰੇ 100 ਰੁਪਏ ਦਾ ਲੱਕੀ ਤੋਂ ਸਮਾਨ ਲੈਣਾ ਪੈਣਾ ਅੱਛਾ ਨਿੱਕਾ ਜਿਹਾ ਲੱਕੀ ਗੁਪਤਾਰੀਆਂ ਨੇ ਵੀਡੀਓ ਦੇਖੀ ਸੀ ਬੱਚੇ ਨੇ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਵੀ ਅੰਕਲ ਕੋਲੇ ਆਪਾਂ ਜਾ ਕੇ ਰਾਸ਼ਨ ਲੈ ਕੇ ਆਉਣਾ ਉੱਥੋਂ ਗਰੋਸਰੀ ਲੈ ਕੇ ਆਉਣਾ ਬਾਈ ਕਿਉਂਦਾ ਬਹਾਦਰ ਹੈ ਮਹਾਰਾਜ ਤੈਨੂੰ ਭਾਗ ਲਾਵੇ ਤੇਰੀ ਦੁਕਾਨ ਨੂੰ ਇੰਨਾ ਕੁ ਰਾਸ਼ ਰਵੇ ਵੀ ਤੇ ਤੂੰ ਸਾਂਭਿਆ ਨਾ ਜਾਵੇ ਤੇ ਤੂੰ 5-6 ਬੰਦੇ ਰੱਖੇ ਫਟਾਫਟ ਬੋਰੀਆਂ ਭਰ ਲਓ ਠੀਕ ਆ ਤੇ ਬੈਂਕ ਵਾਲੇ ਤੇ ਤੂੰ ਆਪ ਪੈਸੇ ਫੜ ਕੇ ਲੈ ਕੇ ਜਾਇਆ ਕਰਨਾ ਆ ਕੇ ਕਹਿ ਵੀ ਲੱਕੀ ਲੁੱਟਿਆ ਨਾ ਜਾਵੇ ਕਿਤੇ ਰਾਸ਼ ਹੈਂ।